ਲਗਾਤਾਰ ਮੌਸਮ ਦੇ ਨਾਲ ਨਾਲ ਬਿਮਾਰੀਆਂ ਵੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ। ਡਾਇਰੀਆ ਦੀ ਅਸੀਂ ਗੱਲ ਕਰੀਏ, ਡੇਂਗੂ ਦੀ ਅਸੀਂ ਗੱਲ ਕਰੀਏ, ਇਹ ਲਗਾਤਾਰ ਵੱਧਦੇ ਜਾ ਰਹੇ ਨੇ। ਚੰਡੀਗੜ੍ਹ 'ਚ ਵੀ ਕਈ ਕੇਸਿਸ ਆਏ ਸਾਹਮਣੇ ਅਤੇ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਵੀ ਕਈ ਜਿਹੜੇ ਕੇਸਿਸ ਹੈ ਉਹ ਹਸਪਤਾਲਾਂ ਦੇ ਵਿੱਚ ਆ ਰਹੇ ਹੈ। ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦਾ ਧਿਆਨ ਰੱਖਣਾ, ਕਿਉਂਕਿ ਇਹ ਮੌਸਮ ਹੈ ਬਾਹਰ ਦਾ। ਜੇ ਤੁਸੀਂ ਖਾ ਰਹੇ ਹੋ ਤਾਂ ਬਹੁਤ ਹੀ ਸਾਵਧਾਨ ਹੋ ਜਾਓ, ਜਾਂ ਫਿਰ ਜਿਹੜੇ ਜਿੰਨੇ ਵੀ ਜਿਹੜੇ ਬਿਮਾਰੀ ਨੇ ਜਾਂ ਘਰ ਦੇ ਖਾਣਾ ਜਿਹੜਾ ਪਾਣੀ ਗੰਦਾ ਆ ਰਿਹਾ ਉਹਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਣਾ, ਕਿਉਂਕਿ ਹੋਸਪਿਟਲਸ ਦੇ ਵਿੱਚ ਕਈ ਇਸ ਤਰ੍ਹਾਂ ਦੇ ਜਿਹੜੇ ਕੇਸਿਸ ਹੈ ਉਹ ਸਾਹਮਣੇ ਆ ਰਹੇ। ਅਸੀਂ ਪਹੁੰਚੇ ਹਾਂ ਫੇਸ 6 ਹਸਪਤਾਲ ਦੇ ਵਿੱਚ, ਜਿੱਥੇ ਜਿਹੜੇ ਸੀਨੀਅਰ ਡਾਕਟਰਸ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਕੇਸਿਸ ਹੈ ਡਾਇਰੀਆ ਦੇ ਉਹ ਕੇਸਿਸ ਲਗਾਤਾਰ ਵੱਧ ਰਹੇ। ਗੰਦਾ ਪਾਣੀ ਕਰਕੇ ਜਾਂ ਫਿਰ ਗੰਦਾ ਖਾਣਾ, ਕਿਉਂਕਿ ਬਾਹਰ ਦਾ ਜਿਹੜਾ ਖਾਣਾ ਜਾਂ ਫਰੂਟਸ ਬਾਹਰ ਦੇ ਹੁੰਦੇ ਆ ਉਹ ਬਹੁਤ ਹੀ ਇਸ ਵੇਲੇ ਨੁਕਸਾਨ ਕਰਨ ਵਾਲੇ ਨੇ। ਔਰ ਕਈ ਇਸ ਤਰ੍ਹਾਂ ਦੇ ਕੇਸਿਸ ਹੈ, ਚਾਹੇ ਛੋਟੇ ਬੱਚੇ ਹੋਣ, ਚਾਹੇ ਬਜ਼ੁਰਗ ਹੋਣ, ਚਾਹੇ ਏਜਡ ਹੋਣ, ਇਹ ਸਾਰਿਆਂ ਨੂੰ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮਸ ਹੈ, ਪੇਟ ਦੇ ਵਿੱਚ ਦਰਦ ਜਾਂ ਫਿਰ ਲੂਜ਼ ਮੋਸ਼ਨ ਲੱਗਣਾ ਜਾਂ ਫਿਰ ਹੋਰ ਵੀ ਚੀਜ਼ਾਂ ਨੂੰ ਲੈ ਕੇ ਬਹੁਤ ਸਾਰੀ ਦਿੱਕਤਾਂ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ। ਡਾਕਟਰ ਅਨੀਸ਼ ਮਹਿਨ ਸਾਡੇ ਨਾਲ ਨੇ, ਉਹਨਾਂ ਨਾਲ ਵੀ ਅਸੀਂ ਗੱਲ ਕਰਦੇ। ਡਾਕਟਰ ਅਸੀਮ ਮਹਿਨ, ਡਾਕਟਰ ਸਾਹਿਬ, ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਲਗਾਤਾਰ ਡਾਕਟਰਸ ਵੀ ਅਵੇਅਰ ਕਰਦੇ ਲੋਕਾਂ ਨੂੰ, ਇਹਦੇ ਵਿੱਚ ਹੁਣ ਜਿਹੜੇ ਡਾਇਰੀਆ ਦੇ ਕੇਸਿਸ ਨੇ ਜਾਂ ਫਿਰ ਜਿਹੜਾ ਮੌਸਮ ਦਾ ਬਦਲਾਵ ਹੋ ਰਿਹਾ, ਕਿਸ ਤਰ੍ਹਾਂ ਦੇ ਕੇਸਿਸ ਆ ਰਹੇ ਹਨ ਅਤੇ ਲੋਕਾਂ ਨੂੰ ਕਿਸ ਤਰ੍ਹਾਂ ਦਾ ਸੁਝਾਅ? ਐਟ ਪ੍ਰੈਜ਼ੈਂਟ ਸਾਡੇ ਕੋਲ ਡਾਇਰੀਆ ਦੇ ਅਤੇ ਡੇਂਗੂ ਦੇ ਬਹੁਤ ਪੇਸ਼ੈਂਟਸ ਆ ਰਹੇ ਆ, ਐਂਡ ਪੇਸ਼ੈਂਟਸ ਮੋਸਟਲੀ ਲੂਜ਼ ਸਟੂਲ ਆ ਰਹੇ ਆ, ਵੋਮਿਟਿੰਗ ਵਗੈਰਾ ਆ ਰਹੇ, ਜਾਂ ਫਿਰ ਬਹੁਤ ਹਾਈ ਗ੍ਰੇਡ ਫੀਵਰ ਨਾਲ ਆ ਰਹੇ ਆ ਇਸ ਤਰ੍ਹਾਂ ਦੇ। ਡਾਕਟਰ ਸਾਹਿਬ, ਇਹਦੀ ਕੀ ਪ੍ਰੀਕਿਊਸ਼ਨਸ ਜਿਹੜਾ ਹੈਗੀ ਹੈ ਕਿ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਸਿੰਪਟਮਸ ਕੀ ਹੈ ਔਰ ਕਿਸ ਤਰ੍ਹਾਂ ਦਾ ਧਿਆਨ ਜਿਹੜਾ ਹੈ ਉਹ ਰੱਖਣਾ ਜ਼ਰੂਰੀ ਹੈ? ਅਸੀਂ ਪੇਸ਼ੈਂਟ ਜੋ ਪ੍ਰੈਜ਼ੈਂਟ ਹੁੰਦੇ ਆ ਲੂਜ਼ ਸਟੂਲ ਨਾਲ, ਐਂਡ ਮਲਟੀਪਲ ਟਾਈਮ ਲੂਜ਼ ਸਟੂਲ ਆਉਂਦੇ ਉਹਨਾਂ ਦੇ ਕਾਫੀ ਵਾਰੀ, ਐਂਡ ਪੇਸ਼ੈਂਟ ਮੋਸਟਲੀ ਧਿਆਨ ਨਹੀਂ ਦਿੰਦੇ ਜ਼ਿਆਦਾ ਕਿ ਕੋਈ ਨਾ ਇੱਕ ਵਾਰੀ ਦੋ ਵਾਰੀ ਆਇਆ ਅਸੀਂ ਠੀਕ ਹੋ ਜੂਗਾ, ਪਰ ਉਹ ਵੱਧੇ ਜਾਂਦੇ ਨੇ। ਉਹਨੂੰ ਲਾਈਟਲੀ ਨਾ ਲਓ, ਪਾਣੀ ਵਗੈਰਾ ਪੀਂਦੇ ਰਹੋ ਜਾਂ ਫਿਰ ਧਿਆਨ ਰੱਖੋ ਇਹਦਾ, ਵੋਮਿਟਿੰਗ ਵਗੈਰਾ ਜ਼ਿਆਦਾ ਆਉਂਦੀ ਹੈ ਆ ਕੇ ਦਿਖਾਓ ਸਾਨੂੰ ਇੱਕ ਵਾਰੀ। ਓਬਵੀਅਸਲੀ ਫ੍ਰੀ ਟ੍ਰੀਟਮੈਂਟ ਦੇ ਰਹੇ ਹਾਂ ਸਭ ਕੁਝ ਅਸੀਂ, ਹਾਸਪਿਟਲਾਂ 'ਚ ਵੀ ਤਾਂ ਓਬਵੀਅਸਲੀ ਸਾਰੀ ਚੀਜ਼ਾਂ ਦੀ ਫੈਸਿਲਿਟੀ ਹੈ, ਲੇਕਿਨ ਸਿੰਪਟਮਸ ਕੀ ਹੁੰਦੇ ਨੇ ਇਹਦੇ? ਸਿੰਪਟਮ ਵਾਰੀ ਵਾਰੀ ਲੈਟਰਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ, ਉਹਨਾਂ ਦੀ ਉਲਟੀ ਆਉਣੀ ਸ਼ੁਰੂ ਹੁੰਦੀ ਹੈ, ਬੁਖਾਰ ਹੁੰਦਾ, ਪੇਟ ਦੇ ਦਰਦ ਹੁੰਦੀ ਆ, ਠੀਕ ਹੈ? ਰੀਜ਼ਨ ਕੀ ਰਹਿੰਦਾ ਸਰ, ਇਹ ਖਾਣਾ ਜਾਂ ਫਿਰ ਪਾਣੀ? ਬਾਹਰ ਗੰਦਾ ਖਾਣਾ ਜਾਂ ਫਿਰ ਗੰਦਾ ਪਾਣੀ ਜੋ ਇਹਦਾ ਕਾਰਨ ਜ਼ਿਆਦਾ ਹੈ ਇਹ ਹੁੰਦਾ। ਹਾਂਜੀ, ਇਹ ਮੋਸਟਲੀ ਜਿਹੜੇ ਕਿਸ ਏਰੀਆ ਤੋਂ ਆ ਰਹੇ ਜੀ ਆਪਾਂ ਗੱਲ, ਕਿਉਂਕਿ ਲਿਸਟ ਬਹੁਤ ਲੰਬੀ ਹੈ ਤੁਹਾਡੀ? ਸਾਡੇ ਕੋਲ ਬੇਸਿਕਲੀ ਹਰ ਪਾਸੇ ਆ ਰਿਹਾ, ਬਸੀ ਬਨ ਮਜਰਾ ਵਾਲਾ ਏਰੀਆ ਹੋ ਗਿਆ, ਬਾਕੀ ਹੋ ਗਿਆ ਆਸ ਪਾਸ ਵਾਲੇ ਬਲੋਂਗੀ ਵਾਲੇ ਏਰੀਆ ਹੋ ਗਏ, ਪਰ ਕਾਫੀ ਪੇਸ਼ੈਂਟ ਆ ਰਿਹਾ ਸਾਡੇ ਕੋਲ। ਸਰ, ਕੋਈ ਏਜ ਫੈਕਟਰ ਵੀ ਹੈਗਾ ਹੁੰਦਾ ਇਸ ਦੇ ਵਿੱਚ ਜਾਂ ਫਿਰ ਛੋਟੇ ਬੱਚੇ ਜ਼ਿਆਦਾਤਰ ਜਾਂ ਫਿਰ? ਨਹੀਂ, ਏਜ ਫੈਕਟਰ ਲੰਬਾ ਛੋਟਾ ਨਹੀਂ ਹੈ, ਮੋਸਟਲੀ ਇਹੀ ਰਹੀ ਹੈ ਕਿ ਬਾਹਰ ਗੰਦਾ ਖਾਣ ਨਾਲ ਜਾਂ ਫਿਰ ਗੰਦਾ ਪਾਣੀ ਪੀਣ ਨਾਲ ਉਹ ਸੀਨਾ ਹੁੰਦਾ। ਤੇ ਫਿਰ ਕੋਈ ਇਸ ਤਰ੍ਹਾਂ ਦੀ ਕੋਈ ਲੂਜ਼ ਮੋਸ਼ਨ ਜਾਂ ਫਿਰ ਜਿੱਦਾਂ ਤੁਸੀਂ ਦੱਸਿਆ ਕਿ ਵੋਮਿਟਿੰਗ ਹੋਣਾ, ਇਹ ਇਸ ਤਰ੍ਹਾਂ ਦੇ ਸਿੰਪਟਮਸ? ਹਾਂਜੀ, ਇਸ ਤਰ੍ਹਾਂ ਦੇ ਸਿੰਪਟਮ ਆਣਗੇ, ਪੇਟ ਦਰਦ ਹੋਏਗੀ ਜਾਂ ਫਿਰ ਬੁਖਾਰ ਵਗੈਰਾ ਚਲੇਗਾ ਉਹਨਾਂ ਨੂੰ, ਤੇ ਕਈ ਐਡਮਿਟ ਨੇ ਸਰ ਹਸਪਤਾਲ? ਕਾਫੀ ਐਡਮਿਟ ਹੈ ਸਾਡੇ ਕੋਲ। ਹਾਂਜੀ, ਤੇ ਸਰ ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰਦੇ ਹੋ ਕਿ ਬਹੁਤ ਸਾਰੀ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ ਜਿੱਦਾਂ ਤੁਸੀਂ? ਬੇਸਿਕਲੀ ਰੇਨੀ ਸੀਜ਼ਨ ਹੈ ਹੁਣ, ਠੀਕ ਹੈ, ਐਂਡ ਕਾਫੀ ਮੋਇਸਚਰ ਵੀ ਹੁੰਦਾ, ਤਾਂ ਇਸ ਟਾਈਮ ਖਾਣਾ ਪੀਣਾ ਜੋ ਬਾਹਰਲਾ ਹੁੰਦਾ ਉਹ ਪੂਰਾ ਸਾਫ਼ ਨਹੀਂ ਹੁੰਦਾ, ਠੀਕ ਹੈ, ਉਹ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਬਾਹਰਲਾ ਖਾਣਾ। ਬਾਹਰ ਦਾ ਖਾਣਾ ਅਸੀਂ ਬਿਲਕੁਲ ਅਵੋਇਡ ਕਰੋ, ਘਰ ਦਾ ਬਣਿਆ ਹੋਇਆ ਖਾਓ, ਜਿੰਨਾ ਉਹਨਾਂ ਬੈਟਰ ਰਹੂਗਾ। ਬਾਹਰ ਗੰਦਾ ਪਾਣੀ ਪੀਣਾ ਬੰਦ ਕਰੋ, ਠੀਕ ਹੈ, ਠੀਕ ਹੈ, ਉਹ ਚੀਜ਼ ਥੋੜ੍ਹਾ ਬੈਟਰ ਰਹੇਗਾ ਆਪਣੇ ਵੱਲੋਂ, ਠੀਕ ਹੈ। ਅਤੇ ਸਰ, ਇਹਦੇ ਵਿੱਚ ਹੁਣ ਹੋਰ ਵੀ ਮੈਡੀਸਨਸ ਜਾਂ ਫਿਰ ਵਾਰਡਸ ਜਿਹੜੇ ਹੈਗੇ ਉਹ ਡਿਫਰੈਂਟ ਸੈਟਅਪ ਕੀਤਾ ਹੋਇਆ? ਹਾਂ, ਬੇਸਿਕਲੀ ਸਾਡੇ ਕੋਲ ਸਾਰੀ ਇੱਥੇ ਫੈਸਿਲਿਟੀ ਹੈਗੀ, ਅਸੀਂ ਜਿੰਨਾ ਹੁੰਦਾ ਫਿਰ ਅਸੀਂ ਮੈਕਸੀਮ ਕਰ ਰਹੇ ਹਾਂ ਪੇਸ਼ੈਂਟ ਵਾਸਤੇ, ਓਕੇ, ਹਾਂਜੀ, ਜੋ ਟ੍ਰੀਟਮੈਂਟ ਮੈਕਸੀਮ ਦੇ ਸਕਦੇ ਹਾਂ ਅਸੀਂ ਕਰ ਰਹੇ ਹਾਂ ਅਜੇ ਵੱਲੋਂ, ਠੀਕ ਹੈ। ਅਤੇ ਸਰ, ਕੋਈ ਸੀਰੀਅਸ ਪੇਸ਼ੈਂਟ ਹਜੇ ਤੱਕ ਕੋਈ ਇਸ ਤਰ੍ਹਾਂ ਦੀ ਵੀ ਆਈ ਹੈ ਜੋ ਤੁਸੀਂ ਰੈਫਰ ਕੀਤਾ ਹੋਵੇ ਇਸ ਤਰ੍ਹਾਂ ਦੇ ਕੋਈ ਕੇਸਿਸ? ਮੋਸਟਲੀ ਇੱਥੇ ਮੈਨੇਜ ਹੋ ਗਿਆ, ਬਹੁਤ ਹੱਦ ਤੱਕ ਮੈਨੇਜ ਅਸੀਂ ਕਰ ਰਹੇ ਹਾਂ, ਠੀਕ ਹੈ। ਜਰ, ਜਿੱਥੋਂ ਜ਼ਿਆਦਾਤਰ ਆ ਰਹੇ ਕੇਸਿਸ ਉੱਥੇ ਮੈਨੇਜਮੈਂਟ ਨੂੰ ਜਾਂ ਪ੍ਰਸ਼ਾਸਨ ਨੂੰ ਵੀ ਜਿਹੜੀ ਹੈਗੀ ਉਹ ਇਤਲਾਹ ਦਿੱਤੀ? ਹਾਇਰ ਆਫੀਸ਼ਲਸ ਉਹਨਾਂ ਨੂੰ ਇਨਫੋਰਮ ਕਰਨਗੇ, ਉਹਨਾਂ ਨੂੰ ਇਨਫੋਰਮੇਸ਼ਨ ਹੋਏਗੀ, ਠੀਕ ਹੈ। ਮੋਸਟਲੀ ਜਿਹੜੇ ਕੇਸਿਸ ਆ ਰਹੇ ਉਹ ਇਸੇ ਤਰ੍ਹਾਂ ਦਾ ਫੀਵਰ, ਤੁਸੀਂ ਕਹਿ ਰਹੇ ਫੀਵਰ ਦੇ ਆ ਰਹੇ, ਡੇਂਗੂ ਦੇ ਪੇਸ਼ੈਂਟ ਕਾਫੀ ਜ਼ਿਆਦਾ ਆ ਰਹੇ ਸਾਡੇ ਕੋਲ, ਡੇਂਗੂ ਦੇ ਵੀ ਆ ਰਹੇ। ਡੇਂਗੂ ਦੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਸਿੰਪਟਮਸ ਕੀ ਹੈ, ਉਹੀ ਮੱਛਰ ਜਿਹੜਾ? ਡੇਂਗੂ ਦਾ ਮੋਸਟਲੀ ਮੱਛਰ ਵੱਡਣ ਨਾਲ ਹੀ ਹੁੰਦਾ ਹੈ, ਮੱਛਰ ਮੋਸਟਲੀ ਹੁੰਦਾ ਵੀ ਦਿੰਦੇ ਡੈਮੇਜ 'ਚ, ਐਂਡ ਜੋ ਪੇਸ਼ੈਂਟ ਹੋਏਗਾ ਕਾਫੀ ਹਾਈ ਗ੍ਰੇਡ ਫੀਵਰ ਹੋਏਗਾ ਉਹਨੂੰ, ਕੰਪਨੀ ਚੜੇਗੀ ਉਹਨੂੰ ਕਾਫੀ ਜ਼ਿਆਦਾ, ਬੋਡੀ ਐਕਸ ਵਗੈਰਾ ਬਹੁਤ ਸੀਵੀਅਰ ਹੋਣਗੇ,
ਕਈ ਕੇਸਿਸ ਵਿੱਚ ਪੇਸ਼ੈਂਟ ਨੂੰ ਕੋਈ ਕਾਲਣ ਦੀ ਲੈਟਰਿੰਗ ਵੀ ਆ ਸਕਦੀ ਹੈ, ਫਿਰ ਉਹ ਅਲਾਰਮਿੰਗ ਸਾਈਨ ਹੁੰਦੇ ਆ, ਚੱਕਰ ਵਗੈਰਾ ਆਉਣਾ, ਉਲਟੀ ਆਉਣਾ, ਇਹ ਚੀਜ਼ ਸਭ ਕੁਛ ਹੋ ਸਕਦਾ। ਸਰ ਇਮਿਊਨਿਟੀ ਸਿਸਟਮ ਪਰ ਵੀ ਇਫੈਕਟ ਹੁੰਦਾ ਕਿ ਜਿਹਦਾ ਇਮਿਊਨਿਟੀ ਸਿਸਟਮ ਜਿਹੜਾ ਲੋ ਹੈ ਉਹਨੂੰ ਵੀ ਜ਼ਿਆਦਾ ਪ੍ਰੋਬਲਮ ਹੋਊਗੀ? ਬਿਲਕੁਲ ਹੋਏਗੀ, ਜਿੰਨਾ ਇਮਿਊਨਿਟੀ ਓਬਵੀਅਸਲੀ ਲੋ ਹੋਗੀ ਉਹਨੂੰ ਪ੍ਰੋਬਲਮ ਓਬਵੀਅਸਲੀ ਜ਼ਿਆਦਾ ਹੋਏਗੀ ਪਹਿਲਾਂ। ਇਹਦੇ ਵਿੱਚ ਛੋਟੇ ਬੱਚੇ ਜਾਂ ਫਿਰ ਜਿਹੜਾ ਏਜ ਦੇ ਲੋਕ ਜ਼ਿਆਦਾ ਸ਼ਾਮਿਲ ਹੈ ਜਿਹੜੇ ਇਸ ਪੇਸ਼ੈਂਟ? ਆਲਮੋਸਟ ਹਰ ਏਜ ਦੇ ਆ ਰਹੇ ਸਾਡੇ ਕੋਲ, ਪਰ ਉਹਨਾਂ ਵਿੱਚ ਥੋੜ੍ਹਾ ਚੀਜ਼ ਸੀਰੀਅਸ ਹੋ ਜਾਂਦੀ ਹੈ। ਅਗਰ ਪੇਸ਼ੈਂਟ ਇਮਿਊਨ ਸਿਸਟਮ ਵੀਕ ਹੈਗਾ ਤਾਂ ਉਹਨਾਂ ਵਿੱਚ ਜੋ ਡੇਂਗੂ ਵਾਇਰਸ ਜ਼ਿਆਦਾ ਤੇਜ਼ੀ ਐਕਟ ਕਰੂਗਾ। ਤੇ ਬਹੁਤ ਜ਼ਰੂਰੀ ਹੈ ਜਿੱਦਾਂ ਸੀਨੀਅਰ ਡਾਕਟਰਸ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ, ਲੋਕਾਂ ਨੂੰ ਬਾਰ ਬਾਰ ਅਵੇਅਰ ਕੀਤਾ ਜਾਂਦਾ ਕਿ ਬਾਹਰ ਦਾ ਤੁਸੀਂ ਇਸ ਵੇਲੇ ਖਾਣਾ ਨਾ ਖਾਓ, ਪਹਿਲੀ ਗੱਲ, ਜਿਹੜਾ ਗੰਦਾ ਪਾਣੀ ਹੈ। ਔਰ ਡੇਂਗੂ ਵਾਸਤੇ ਵੀ ਸਰ ਕਈ ਚੀਜ਼ਾਂ ਨੂੰ ਲੈ ਕੇ ਤੁਸੀਂ ਜਿਹੜਾ ਸਾਫ਼ ਪਾਣੀ ਵਿੱਚ, ਡੇਂਗੂ ਮੱਛਰ ਸਾਫ਼ ਪਾਣੀ ਚ ਹੁੰਦਾ ਤਾਂ ਪਾਣੀ ਬਹੁਤ ਦੇਰ ਵਾਸਤੇ ਖੜਾ ਨਾ ਰਹੇ, ਜਿਵੇਂ ਵਾਟਰ ਜੇ ਕੁੱਲਰ ਚ ਪਾਣੀ ਖੜਾ ਰਹਿੰਦਾ ਹੁੰਦਾ, ਬਹੁਤ ਅਹਿਮ ਕੁੱਲਰ ਚ ਪਾਣੀ ਖੜਾ ਰਹਿੰਦਾ ਹੁੰਦਾ, ਕਿਸੇ ਆਸ ਪਾਸ ਖੱਡਾ ਪਿਆ ਉਹਦੇ ਪਾਣੀ ਖੜਾ ਰਹਿੰਦਾ ਹੁੰਦਾ ਤਾਂ ਉਹਦੇ ਡੇਂਗੂ ਦਾ ਲਾਰਵਾ ਪਲਦੇ ਆ। ਇਸ ਚੀਜ਼ ਧਿਆਨ ਰੱਖੋ ਕਿ ਜੇ ਘਰ ਦੇ ਆਸ ਪਾਸ ਕਿਸੇ ਫਰਿੱਜ ਦੇ ਪਿੱਛੇ ਜਾਂ ਫਿਰ ਕੋਈ ਕੂਲਰ ਕੂਲਰ ਹੋਵੇ ਤਾਂ ਉੱਥੇ ਪਾਣੀ ਇਕੱਠਾ ਨਾ ਹੋਵੇ। ਠੀਕ ਹੈ, ਹਾਂਜੀ, ਜਾਂ ਫਿਰ ਕੋਈ ਗਮਲੇ ਵਗੈਰਾ ਹੈਗੇ ਉਹਦੇ ਵਿੱਚ ਪਾਣੀ ਇਕੱਠਾ ਨਾ ਹੋਵੇ ਤਾਂ ਉਹ ਥੋੜ੍ਹਾ ਬੈਟਰ ਰਹੇਗਾ। ਅਤੇ ਇਹ ਸੀ ਡਾਕਟਰ ਅਸੀਮ ਮੈਨੀ ਜਿਨ੍ਹਾਂ ਨੇ ਇਹ ਪੂਰੀ ਜਾਣਕਾਰੀ ਦਿੱਤੀ ਕਿ ਡਾਇਰੀਆ ਦੇ ਅਤੇ ਡੇਂਗੂ ਦੇ ਜਿਹੜੇ ਕੇਸਿਸ ਹੈ ਉਹ ਲਗਾਤਾਰ ਵੱਧ ਰਹੇ ਹੈ। ਬਹੁਤ ਜ਼ਰੂਰੀ ਹੈ ਲੋਕਾਂ ਨੂੰ ਅਵੇਅਰ ਹੋਣ ਦੀ, ਜਾਗਰੂਕ ਹੋਣ ਦੀ, ਹਾਲਾਂਕਿ ਲਿਸਟ ਬਹੁਤ ਲੰਬੀ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਕੇਸਿਸ ਆ ਰਹੇ ਹੈ ਜਿਨ੍ਹਾਂ ਨੂੰ ਕਿਸੇ ਨੂੰ ਫੀਵਰ ਹੋ ਰਿਹਾ, ਤੇਜ਼ ਫੀਵਰ ਜਾਂ ਲੂਜ਼ ਮੋਸ਼ਨ ਜਾਂ ਵੋਮਿਟਿੰਗ ਜਾਂ ਫਿਰ ਜਿਹੜੀ ਸ਼ਿਵਰਿੰਗ ਜਿਹੜਾ ਹੈਗਾ, ਠੰਡ ਲੱਗ ਰਹੀ ਹੈ, ਇਹ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਜੇਕਰ ਕੋਈ ਸਿਮਟਮ ਹੈ ਤਾਂ ਤੁਸੀਂ ਨਾਲ ਦੇ ਨਾਲ ਹਸਪਤਾਲ ਜਾਓ। ਕਿਸੇ ਬਾਹਰ ਦੀ ਜਿਹੜੀ ਦਵਾਈਆਂ ਹੈ ਉਹ ਵੀ ਬਹੁਤ ਜ਼ਰੂਰੀ ਹੈ ਸਰ, ਕਿਉਂਕਿ ਲੋਕੀ ਕਹਿੰਦੇ ਕਿ ਕੈਮਿਸਟ ਤੋਂ ਲੈ ਕੇ ਦੋ ਦਵਾਈਆਂ ਜਿਹੜਾ ਹੋਸਪਿਟਲ ਆਲਮੋਸਟ ਸਭ ਕੁਝ ਅਵੇਲੇਬਲ ਹੈਗਾ ਇੱਥੇ, ਠੀਕ ਹੈ, ਐਂਡ ਆਲਮੋਸਟ ਹਰ ਡਾਕਟਰ ਇੱਥੇ ਹੈਗਾ, ਅਸੀਂ ਫੈਸਿਲਿਟੀ ਸੀ ਪ੍ਰੋਵਾਈਡ ਕਰ ਰਹੇ ਹਾਂ 24 ਘੰਟੇ, ਐਮਰਜੈਂਸੀ ਚੱਲ ਰਹੀ ਹੈ ਇੱਥੇ, ਜੋ ਪੇਸ਼ੈਂਟ ਆਉਂਦੇ ਅਸੀਂ ਅਟੈਂਡ ਕਰ ਰਹੇ ਹਾਂ, ਉਹਨਾਂ ਸਭ ਕੁਝ ਹਰ ਪੇਸ਼ੈਂਟ ਨੂੰ ਅਟੈਂਡ ਕਰ ਰਹੇ ਹਾਂ। ਠੀਕ ਹੈ, ਤੇ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਿ ਪੂਰਾ ਲਗਾਤਾਰ ਜਿਹੜੇ ਜਿੰਨੇ ਵੀ ਪੇਸ਼ੈਂਟਸ ਆ ਰਹੇ ਉਹਨਾਂ ਨੂੰ ਅਟੈਂਡ ਕਰ ਰਹੇ ਹਾਂ, ਔਰ ਇਹੀ ਲੋਕਾਂ ਨੂੰ ਵੀ ਅਵੇਅਰ ਕੀਤਾ ਜਾ ਰਿਹਾ ਕਿ ਬਾਹਰ ਦਾ ਫਿਲਹਾਲ ਖਾਣਾ, ਕਿਉਂਕਿ ਸੀਜ਼ਨ ਜਿਹੜਾ ਉਹ ਚੇਂਜ ਹੋ ਰਿਹਾ, ਰੇਨੀ ਸੀਜ਼ਨ ਹੈ, ਡੇਂਗੂ ਦੇ ਅਸੀਂ ਗੱਲ ਕਰ ਲਈਏ, ਡਾਇਰੀਆ ਦੇ ਜਿਹੜੇ ਕੇਸਿਸ ਹੈ ਉਹ ਲਗਾਤਾਰ ਵੱਧ ਰਹੇ, ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਸਿਹਤ ਦਾ ਧਿਆਨ ਰੱਖੋ। ਜੇਕਰ ਕੋਈ ਵੀ ਸਿਮਟਮ ਹੁੰਦਾ ਤਾਂ ਨਾਲ ਦੇ ਨਾਲ ਹਸਪੀਟਲ ਆ ਕੇ ਤੁਸੀਂ ਆਪਣਾ ਚੈੱਕਅਪ ਜਿਹੜਾ ਉਹ ਡਾਕਟਰ ਆਓ। ਮੋਹਾਲੀ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ ਨੂੰ ਜਟੀਨ ਪੰਜਾਬ।